दीदी आ गई देवेंदा हाँ जी परमजीत। परमजीत ने की करना वा जदों मैं चार गल्लां सुनाईयां भी आ को कहिंदे तो गर्मी बड़ी आ ओह तो कहिंदी मैं पुछण आउणा वा ऐदां वेखो लड़ाई वज जाणी ओह वी घर दा मैंबर ही पता नहीं तुसीं गल कित्थे दी कित्थे लै गए जे। देवेंदर तैनूं मैं कहा ही ना भी ना गल करी जिदी किसे नूं आपां इदां कहांगे उहनूं सुण के ते गुस्सा लगूगा ही ना। बाकी बेई दा ते सुभाअ ही इदां दा वा। फिर जिहनूं मैं ना कहिंदी उहने ते तुरी रहना ही ओह वी हुण उहदा वी जी करदा भी चल दो जणियां होईआं वा चल इक जणी कम्म नूं लगी रहिंदी मैं उहदे नाल गल्लां गुल्लां कर आउंदी आ ओह कड़ी माड़ी मत दिंदी आ। पर जिदा मर्जी भी आ ये गल अपने घर च भी हो सकती आ गल तू उन्हें दस के गलती की है। नाले सुख भी आ गई है चलो हुण तो ते रौनक चंगा लगी इधर। वो तो चंगा आ सुख आ गई आ पर परमजीत का सुभाव दंदा वा उन्हें आन के बोलन दिया पैना वा ते बीजी का भी तेनू पता ही है। फिर हुण मैनूं थोड़ी पता ही बने आ गल्लां करन लग जाणियां वा चल ओ कोई तो। नहीं मैं दाल रखी उत्ते वेख ला मैं मशीन चो चलो कपड़े मैं पा देवा। वेनी वेनी। देवेंद्र हां जी उरे आ आ जाओ माड़ा जा मैं दाल रखी भाभी जी ने मैं वेख ला काम पिया ही रसोई दा करन वाला थोड़ा जिहा ते मैं उधर चल गई ना परमजीत दीदी वाल। भाभी आई की कहिंदी ओ कहना की आ तुहानू ते पता ही जिहड़ी घर च गल चलन डई आ ओ परमजीत वालों तुड़ तुड़ बुड़ बुड़ करदी बुली भी ते मैं उधर हुण दस आई आ ते भाभी मैनू मना करन डई भी तू कानू दस्या उहदी ते जबान उहने ते आ जाणा वा ओह ते कहिंदी आ कहिंदी मैं आउणा मैं पुछणा वा आंदी भी इसे करके मैं अड्ड होई हो इन्हां दीयां करतूतां नालों आ को सुणाउंदी आ। नहीं ते तेरा फर्ज की बनता दसण दा ਪੀ ਉਹਨਾਂ ਐਡਾ ਕਹਿੰਦੇ ਆ ਤੇ ਉਹਨੇ ਫਿਰ ਮੇਰੇ ਲਾਉਂਦੀ ਰਹਿਣਾ ਲੜਾਈ ਪੈਣ ਤੇ ਦੀ ਗੱਲ ਹੀ ਆ ਨਾ ਲੜਾਈ ਤੁਸੀਂ ਮੇਰੇ ਗੱਲ ਪੈ ਜਣੀ ਆ ਤੇ ਹੁਣ ਨਹੀਂ ਪੈਣੀ ਹੋਈ ਨਾ ਮੈਂ ਤੁਹਾਡੇ ਘਰੋਂ ਕੀ ਚੁੱਕ ਕੇ ਲੈ ਜਾਣੀ ਆ ਜੇ ਮੈਂ ਆ ਜਾਣੀ ਜੇ ਉਹ ਪੈਂਦੀ ਆ ਤੇ ਪੈਣ ਦੋ ਇੱਕ ਦਿਨ ਹੀ ਪਾਉਗੀ ਨਾ ਆ ਰੋਜ਼ ਦੀ ਕਿਚ ਕਿਚ ਨਾਲੋਂ ਇੱਕ ਦਿਨ ਜੱਬ ਤੇ ਨਿਬੜੂਗਾ ਨਾ ਇਹ ਲੜਾਈ ਪੈਣੀ ਆ ਮੇਰੇ ਗੱਲ ਤੇ ਨਾਲੇ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਠੀਕ ਆ। ਤੂੰ ਸਿੱਧਾ ਸਿੱਧਾ ਕਹਿ ਵੀ ਮੈਂ ਮੰਨਣਾ ਨਹੀਂ ਆ ਤੇ ਜਿੱਧਰ ਨੂੰ ਟੱਬਰ ਨੇ ਜਾਣਾ ਉਧਰ ਨੂੰ ਤੂੰ ਨਾਲ ਨਹੀਂ ਤੁਰਨਾ ਪਾਣੀ ਦੇ ਲੈਂਦੇ ਨੂੰ ਜਾਂਦਾ ਨਾ ਤੇ ਤੂੰ ਚੜਦੇ ਨੂੰ ਆਇਆ ਕਰ ਤੇਰਾ ਸ਼ੁਰੂ ਤੋਂ ਹਾਲ ਹੀ ਰਿਹਾ ਭੁਗਤੇ ਹੋਣ ਲੱਗ ਜੂ ਪਤਾ ਤੁਹਾਨੂੰ ਵੀ ਚੀਜ਼ ਕੀ ਆ ਉਹ। ਮੰਮੀ ਕੀ ਕਰਨ ਡੇ ਜੇ? ਕਰਨਾ ਕੀ ਆ ਬਸ ਇਹੋ ਹੀ ਥੋੜਾ ਜਿਹਾ ਲਾਰਾ ਚੁੱਕਣ ਡਈ। ਮੈਂ ਕਹਿਣ ਡਈ ਅੱਜ ਧੁੱਪ ਵਾਵਾ ਲੱਗੀ ਬਿਸਤਰੇ ਨਾ ਸਕਾ ਲਈ ਪੇਟੀ ਦੇ। ਨਹੀਂ ਬਿਸਤਰੇ ਅੱਜ ਰਹਿਣ ਦੇ ਹੁਣ ਮਹਾ ਹੀ ਘਰ ਦਾ ਹੀ ਨਿਬਰਿਆ ਉਹੀ ਕੰਮ ਕਰਦੇ ਆ ਟਾਈਮ ਬੜਾ ਲੱਗ ਗਿਆ ਪਹਿਲਾਂ ਦਵਿੰਦਰ ਆ ਗਈ ਉਹਨੇ ਘੜੀ ਭੰਤੀ ਹੁਣ ਅਜੇ ਮਹਾ ਹੀ ਵਿਹਲੇ ਹੋਏ ਘਰ ਦਾ ਕੰਮ ਧੰਦਾ ਕਰਕੇ ਤੇ ਤੂੰ ਇਦਾਂ ਕਰ ਵੀ ਉਹ ਰਸੋਈ ਚ ਦੋ ਚਾਰ ਭਾਂਡੇ ਆ ਉਹ ਸਾਫ਼ ਕਰ ਲਾ ਤੇ ਮੈਂ ਮਾੜਾ ਜਿਹਾ ਉਹਨਾਂ ਦੇ ਘਰੋਂ ਹੋਵਾਂ ਦਵਿੰਦਰ ਕਿਉਂ। ਮੰਮੀ ਤੁਸੀਂ ਕੀ ਕਰਨ ਜਾਣਾ ਉਹਨਾਂ ਦੇ ਘਰ? ਚਾਚੀ ਹੁਣੇ ਹਜੇ ਤੁਹਾਨੂੰ ਕੀ ਕਹਿ ਕੇ ਗਈ ਭਲਾ ਵੀ ਤੁਹਾਡੇ ਜਾਣ ਕਰਕੇ ਉਹਨਾਂ ਦੇ ਘਰ ਲੜਾਈ ਪੈਂਦੀ ਆ ਤੇ ਤੁਸੀਂ ਫੇਰ ਚੱਲੇ ਜੇ? ਇਸੇ ਕਰਕੇ ਤੇ ਜਾਣਾ ਵਾ ਮੈਂ ਉਹਨੂੰ ਬੁੱਢੜੀ ਨੂੰ ਪੁੱਛ ਕੇ ਤੇ ਆਵਾਂ ਵੀ ਜੇ ਸਾਡੇ ਘਰ ਆਇਆ ਇੰਨੀ ਲੜਾਈ ਪੈਂਦੀ ਆ ਤੇ ਤੁਸੀਂ ਇਹਨੂੰ ਸਾਡੇ ਘਰ ਨਾ ਕਲਾਇਆ ਕਰੋ ਨਾਲੇ ਉਹ ਜਿਹੜੀ ਮੀਸ਼ਨੀ ਜੀ ਆ ਨਾ ਉਹਦੇ ਵੀ ਕੰਨ ਖਿੱਚ ਕੇ ਆਉਣੀ ਆ ਮੂੰਹੋਂ ਕੋਈ ਕੂਣਾ ਨਹੀਂ ਹੁੰਦਾ ਤੇ ਵਿੱਚੇ ਵਿੱਚ ਪਿੜੀਆਂ ਵੱਢਦੀ ਆ ਉਹ ਨਾਲੇ ਉਹਦੇ ਦੁਆਲੇ ਜੋ ਸਾਰਾ ਟੱਬਰ ਹੁੰਦਾ ਵਾ ਸਿੱਧਾ ਸਿੱਧਾ ਮੈਨੂੰ ਕਹਿਣ ਹਾਂ ਵੀ ਸਾਡੇ ਘਰ ਨਾ ਆਇਆ ਕਰ ਤੇ ਫਿਰ ਮੈਂ ਆਪੇ ਜਾਣੋ ਹਟ ਜੂੰਗੀ। ਇਹਦਾ ਮਤਲਬ ਹੁਣ ਤੁਸੀਂ ਉਧਰ ਲੜਨ ਜਾਣਾ ਵਾ? ਨਹੀਂ ਲੜਨ ਨਹੀਂ ਜਾਣਾ ਮੈਂ ਉਹਨਾਂ ਨੂੰ ਸਿਰਫ ਪੁੱਛਣ ਹੀ ਜਾਣਾ ਵਾ। ਪਰ ਮੰਮੀ ਮੈਂ ਤਾਂ ਨਹੀਂ ਕਹਿੰਦੀ ਜਾਓ ਨਹੀਂ ਮੈਨੂੰ ਦੀ ਮਰਜ਼ੀ ਆ। ਤੂੰ ਇੱਥੇ ਪੈਰ ਲੰਮੇ ਤੇ ਮੈਂ ਹੋ ਕੇ ਆਈ। ਕੁਛ ਨਹੀਂ ਹਾਲ ਮੰਮੀ ਦਾ ਵੀ। ਬੀਜੀ ਬੈਠੇ ਬੈਠੇ ਤੂੰ ਵੀ ਬਹਿ ਜਾ। ਆਹੋ ਇੱਥੇ ਹੀ ਬਹਿਣਾ ਅੱਜ ਮੈਂ ਜੇ ਮੈਂ ਅੰਦਰ ਚਲ ਗਈ ਨਾ ਤੇ ਤੁਹਾਡੇ ਘਰ ਲੜਾਈ ਪੈਂਦੀ ਆ ਵੀ ਇਹ ਦਵਿੰਦਰ ਲਾਗੇ ਪਤਾ ਨਹੀਂ ਕੀ ਗੱਲਾਂ ਕਰਦੀ ਆ। ਜੇ ਮੇਰੇ ਆਇਆ ਤੁਹਾਡੇ ਘਰ ਲੜਾਈ ਪੈਂਦੀ ਆ ਤੇ ਤੁਸੀਂ ਸਿੱਧਾ ਸਿੱਧਾ ਮੈਨੂੰ ਕਹਿ ਦੋ ਹਾਂ ਵੀ ਸਾਡੇ ਘਰ ਨਾ ਆਇਆ ਕਰ ਉਹਦੇ ਵਿਚਾਰੀ ਦੇ ਦੁਆਲੇ ਜੀ ਸਾਰਾ ਟੱਬਰ ਹੁੰਦੇ ਹੀ ਹੋ ਤੁਸੀਂ। ਪਰਮਜੀਤ ਕਿੱਦਾਂ ਦੀਆਂ ਗੱਲਾਂ ਕਰਦੀ ਆ ਤੂੰ ਹੈ? ਉਹ ਸਹੀ ਗੱਲਾਂ ਕਰਦੀ ਆ ਜਿੱਦਾਂ ਦੀਆਂ ਘਰ 'ਚ ਹੁੰਦੀਆਂ ਵਾ ਮੇਰੇ ਦੁਆਲੇ ਜੇ ਹੁੰਦੇ ਜੇ ਅੱਜ ਉਹ ਆਈ ਆ ਤੇ ਤੁਸੀਂ ਪੁੱਛ ਲਓ। ਤੇ ਗੱਲ ਸਹੀ ਆ ਗੱਲਾਂ ਤੂੰ ਕਰਦੀਆਂ ਨਹੀਂ ਕਰਦੇ ਆ। ਕਿਹੜੀਆਂ ਗੱਲਾਂ ਮੈਂ ਕੀਤੀਆਂ ਪੁੱਛੋ ਉਹਨੂੰ ਮੂੰਹ ਤੇ ਬੈਠੀ ਆ। ਬੀ ਜੀ ਗੱਲ ਹੁੰਦੀ ਮੂੰਹ ਤੇ ਏਦਾਂ ਮੈਂ ਝੂਠੀ ਪੈਣੀ ਆ। ਦੀਦੀ ਤੁਸੀਂ ਮੇਰੇ ਘਰ ਘੜੀ ਆ ਕੀ ਜਾਂਦੇ ਜੇ ਮੇਰੇ ਘਰ ਤੁਸੀਂ ਜਾਣ ਦੀ ਦੇਰ ਨਹੀਂ ਮੇਰੇ ਘਰ ਕਪੱਤ ਪੈ ਗਿਆ ਇਹਨਾਂ ਜੋਬਨ ਨੂੰ ਦੱਸਿਆ ਜੋਬਨ ਮੇਰੇ ਦੁਆਲੇ ਹੋ ਗਿਆ ਵੀ ਤੂੰ ਉਹਦੇ ਨਾਲ ਗੱਲਾਂ ਕਰਦੀ ਕਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਤੁਸੀਂ ਦੱਸ ਦਿਓ ਇਹਨਾਂ ਨੂੰ। ਬੀ ਜੀ ਮੇਰੀ ਗੱਲ ਸੁਣੋ ਉਹ ਵੀ ਤੁਹਾਡੀ ਨੂੰ ਮੈਂ ਵੀ ਤੁਹਾਡੀ ਨੂੰ ਪ੍ਰੀਤ ਵੀ ਤੁਹਾਡੀ ਨੂੰ ਹੈ ਤੇ ਅਸੀਂ ਤਿੰਨੇ ਤੇਰੀਆਂ ਹੀ ਆ ਨਾ ਜੇ ਤੁਸੀਂ ਇੱਕ ਦੂਜੇ ਨੂੰ ਇੱਕ ਦੂਜੇ ਦੇ ਖਿਲਾਫ ਭੜਕਾਓਗੇ ਨਾ ਤੇ ਕਪੱਤ ਵਧਣਾ ਹੀ ਆ ਘਟਣਾ ਨਹੀਂ ਆ। ਜੇ ਮੈਂ ਕਿਸੇ ਦੇ ਘਰ ਜਾ ਕੇ ਬਹੂੰਗੀ ਨਾ ਫਿਰ ਲੋਕਾਂ ਨੇ ਤੁਹਾਨੂੰ ਹੀ ਗੱਲਾਂ ਕਰਨੀਆਂ ਵਾ ਅਜੇ ਤੇ ਮੈਂ ਤੁਹਾਡੇ ਘਰ ਆਪਣੇ ਘਰ ਹੀ ਆਉਂਦੀ ਆ ਅਜੇ ਤੇ ਮੈਂ ਆਪਣੇ ਘਰ ਹੀ ਆਉਂਦੀ ਆ। ਜੇ ਪਿੰਡ 'ਚ ਲੋਕਾਂ ਘਰ ਤੁਰੀ ਫਿੜਾਂ ਨਾ ਫਿਰ ਤੁਸੀਂ ਕਹਿੰਦੇ ਚੰਗੇ ਲੱਗੋ ਵੀ ਇਹ ਲੋਕਾਂ ਦੇ ਘਰ ਜਾ ਕੇ ਤੇ ਬਹਿੰਦੀ ਆ ਤੇ ਘਰ ਦੀਆਂ ਗੱਲਾਂ ਕਰਦੀ ਆ। ਵਾਹ ਦਵਿੰਦਰੇ ਤੇਰਾ ਦਿਮਾਗ ਆ ਆ ਕਲਾ ਪਾਉਣ ਨੂੰ ਘਰ ਦੇ ਵਿੱਚ ਕਲਾ ਪਾਉਂਦੀ ਆ ਨਾ ਤੁਸੀਂ ਨਹੀਂ ਪਾਈ
ਤੁਸੀਂ ਚੁੱਕ ਜੋਬਨ ਨੂੰ ਗੱਲਾਂ ਦੱਸੀਆਂ, ਅਗਲੇ ਨੇ ਮੇਰੀ ਉਹ ਕੁੱਤੇ ਖਾਣੀ ਕੀਤੀ ਜਿਹੜੀ ਕਦੀ ਕੀਤੀ ਨਾ ਹੋਵੇ। ਮੇਰੇ ਕੋਲ ਜਾਈਆਂ ਜਾਂਦੀਆਂ ਝੂਠੀਆਂ ਗੱਲਾਂ ਜਿਹੜੇ ਤੁਸੀਂ ਚੋਚੇ ਲਾਈ ਜਾਂਦੇ ਹੋ ਬਹਿ ਕੇ ਚੂਲੀਆਂ ਕਰਦੀ ਆ। ਮੂੰਹ ਨੂੰ ਬੰਦ ਕਰ, ਆਵਾਜ਼ ਨੂੰ ਥੱਲੇ ਰੱਖ, ਸੁਣ ਮੇਰੀ ਗੱਲ। ਘਰਾਂ ਚ ਨਿੱਕ ਨਿੱਕ ਕਈ ਗੱਲਾਂ ਹੋ ਜਾਂਦੀਆਂ ਵਾ, ਤੇ ਜੇ ਇੱਦਾਂ ਇੱਕ ਦੂਜੇ ਦੇ ਕੰਨਾਂ ਚ ਪਾਈਏ ਤੇ ਘਰ ਦਾ ਸੁਭਾਗ ਨਹੀਂ ਰਹਿੰਦਾ। ਵੱਡੀ ਵੀ ਇੰਨੇ ਚਿਰ ਦੀ ਰਹਿੰਦੀ ਆ ਨਾ, ਉਹਨਾਂ ਇਹਨਾਂ ਨੂੰ ਪੁੱਤਾਂ ਨੂੰ ਪਾ ਲਿਆ ਵਾ, ਸਿਰ ਮਾਲਣੇ, ਲੀੜੇ ਧੋਣੇ, ਤੇ ਜੇ ਇੱਦਾਂ ਦੀਆਂ ਗੱਲਾਂ ਕਰ ਲੈਂਦੇ ਕਦੇ ਦਾ ਕਦੇ ਦਾ ਕੁਛ ਹੋ ਜਾਂਦਾ। ਮੇਰੀ ਸੁਣ ਲਓ ਗੱਲ, ਗੱਲ ਤੇ ਫੇਰ ਉੱਥੇ ਹੀ ਆ ਗਈ, ਲੱਗਦੀ ਤੇ ਤੁਹਾਨੂੰ ਵੱਡੀ ਚੰਗੀ ਆ, ਅਸੀਂ ਤੇ ਵਾਧੂ ਘਾਟੂ ਆ, ਫੇਰ ਇਹਨਾਂ ਨੂੰ ਕੰਨੂ ਵਿਆਉਣਾ ਸੀ ਜੇ ਅਸੀਂ ਨਹੀਂ ਚੰਗੀਆਂ ਲੱਗਦੀਆਂ। ਤੇ ਪੁੱਤ ਜੇ ਚੰਗੀ ਆ ਤੇ ਮੈਂ ਉਹਨੂੰ ਚੰਗੀ ਆਨੀ ਆ, ਤੁਸੀਂ ਵੀ ਚੰਗੀਆਂ ਬਣ ਜਾਓ। ਉਹ ਮੈਂ ਜਦੋਂ ਦੀ ਆਈ ਮੈਂ ਇਹੋ ਸੁਣ ਰਹੀ ਆ, ਇਹਨਾਂ ਨੂੰ ਪਾਲਿਆ, ਪੁੱਤਾਂ ਨੂੰ ਪਾਲਿਆ, ਜੇ ਰੱਬ ਨੇ ਉਹਨੂੰ ਨਹੀਂ ਔਲਾਦ ਦਿੱਤੀ ਤੇ ਕੀ ਗੱਲ ਆ, ਜੇ ਪਾਲ ਲਿਆ ਤੇ ਕੀ ਹੋ ਗਿਆ, ਲੋੜਾ ਆ ਗਿਆ। ਮੈਂ ਕਿੰਨੀਆਂ ਰੱਖਿਆ ਵੀ ਇੱਕ ਮੁੱਠੇ ਵਿਆਹ ਕਰੋ, ਸੁਪਾਗ ਨਾ ਲਿਆ ਕਰੋ, ਲੋਕ ਵੀ ਬਾਹਰ ਤੁਹਾਨੂੰ ਚੰਗਾ ਆਖਣ। ਅਸੀਂ ਤੇ ਇੱਕ ਮੁੱਠੇ ਰਹਿੰਦੇ ਆ, ਸੁਣ ਸੁਣ ਕੇ ਸੁਣ। ਉਹ ਬੀਜੀ ਤੁਸੀਂ ਨਹੀਂ ਇੱਕ ਮੁੱਠ ਰਹਿਣ ਦੇਣਾ, ਅਸੀਂ ਤੇ ਇੱਕ ਮੁੱਠ ਹੀ ਰਹਿਣਾ ਵਾ। ਇੱਕ ਮੁੱਠ ਕਿੱਦਾਂ ਰਹੀਏ, ਇੱਕ ਮੁੱਠ ਤੇ ਤੁਸੀਂ ਰਹਿਣ ਨਹੀਂ ਦਿੰਦੇ। ਕਿਸੇ ਦੇ ਘਰ ਮੈਂ ਜਾਵਾਂ ਨਾ, ਆਂਢ ਗੁਆਂਢ ਮੇਰੀ ਕਿਤੇ ਨਾ ਜਾਣ ਆਉਣ, ਤੇ ਜੇ ਮੈਂ ਇੱਧਰ ਆਉਂਦੀ ਆ ਤੇ ਤੁਹਾਨੂੰ ਉਦਾਂ ਨਹੀਂ ਚੰਗੀ ਲੱਗਦੀ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇੱਕ ਮੁੱਠ ਹੁੰਦੀ ਕਿੱਦਾਂ ਦੀ ਆ। ਮੁੱਠ ਇੱਦਾਂ ਦੀ ਹੁੰਦੀ ਓ, ਤੁਸੀਂ ਕਦੀ ਮੇਰੇ ਲੀੜੇ ਧੋਤੇ, ਕਦੀ ਮੇਰਾ ਸਿਰ ਪੈਰ ਵਾਹਿਆ, ਅਗਲੀ ਮੇਰਾ 100 ਪਾਣੀ ਭਰਦੀ ਆ। ਜੇ ਉਹ ਇੱਥੇ ਹੁੰਦੀ ਤੇ ਤੇਰਾ ਸਿਰ ਪੈਰ ਵਾਉਂਦੀ ਤੇ ਕੱਪੜੇ ਧੋਂਦੀ, ਉਹਨੂੰ ਤਾਂ ਤੁਸੀਂ ਅੱਡ ਕਰ ਮਾਰਿਆ, ਉਹ ਸੁੱਟਿਆ ਜਾ ਕੇ, ਅਗਲੀ ਨੇ ਆਪਣੇ ਸਿਰ ਤੇ ਬਣਾ ਲਏ ਆ, ਤੁਹਾਡੇ ਕੋਲ ਮੰਗਿਆ ਨਹੀਂ ਆ। ਮੰਦਰ ਜਿੱਥੋਂ ਤੂੰ ਬੋਲਦੀ ਮੈਨੂੰ ਸਾਰਾ ਪਤਾ, ਤੂੰ ਜਮਾਤਾਂ ਬਣਾਉਣੀ ਆ, ਮੈਂ ਸਮਝਦੀ ਗੱਲਾਂ ਸਾਰੀਆਂ ਹੀ। ਜਮਾਤਾਂ ਇਹ ਨਹੀਂ ਮੈਨੂੰ ਪਤਾ ਜਮਾਤਾਂ ਕੀ ਹੁੰਦੀਆਂ ਵਾ, ਉਹ ਵੀ ਮੇਰੀ ਆਪਣੀ ਆ, ਜਿੰਨੀ ਮੈਨੂੰ ਵੱਡੀ ਓਨੀ ਮੈਨੂੰ ਨਿੱਕੀ ਆ, ਠੀਕ ਆ। ਇੱਧਰ ਦਾ ਟੈਸ਼ਨ ਚੁੱਕਦੀ, ਉੱਧਰ ਦਾ ਕੋਈ ਚੁੱਕਦੀ। ਵੇ ਗੱਲ ਸੁਣ ਪਰ ਜੀ ਮੇਰੀ, ਜਦੋਂ ਤੂੰ ਆਉਣੀ ਆ ਸਿੱਧੀ ਮੇਰੇ ਕੋਲ ਕਦੀ ਬੈਠੀ ਆ, ਸਿੱਧੀ ਲੰਘ ਜਾਂਦੀ ਆ। ਤਾਂ ਇਹ ਮੈਨੂੰ ਇਹਦੀ ਗੱਲ ਦਾ ਵੀ ਮੈਂ ਸਰਸਰੀ ਗੱਲ ਜੋ ਬੰਨਾ ਕੀਤੀ ਵੀ ਪਰਮਜੀਤ ਮੇਰੇ ਕੋਲ ਨਹੀਂ ਬਹਿੰਦੀ, ਹੈ ਤੇ ਇਹਨੇ ਗੱਲਾਂ ਤਾਂ ਚੁੱਕ ਦਿੱਤੀਆਂ। ਕੀ ਗੱਲ ਹੋਈ, ਕਿਉਂ ਇੰਨੀ ਰੌਲੀ ਪਾਈ ਆ? ਮੈਂ ਤੇ ਵੇਲੀ ਚ ਸੁਣ ਕੇ ਆਈ, ਮੈਂ ਪਤਾ ਨਹੀਂ ਕੌਣ ਆਇਆ ਘਰ। ਰੌਲੀ ਦੀਦੀ ਕੀ ਪੈਣੀ ਆ, ਉਹ ਗੱਲਾਂ ਮੁੜ ਘੁੜ ਕੇ। ਰੌਲੀ ਮੈਂ ਤੁਹਾਨੂੰ ਦੱਸਦੀ ਦੀਦੀ ਗੱਲ, ਦਵਿੰਦਰ ਗਈ ਮੇਰੇ ਕੋਲ, ਦਵਿੰਦਰ ਮੈਨੂੰ ਸਿੱਧਾ ਸਿੱਧਾ ਹੀ ਆਂਦੀ ਵੀ ਦੀਦੀ ਸਾਡੇ ਘਰ ਨਾ ਆਇਆ ਕਰੋ, ਤੁਹਾਡੇ ਆਇਆ ਕਪੱਤ ਪੈਂਦਾ ਵਾ, ਮੈਨੂੰ ਘਰ ਦੇ ਗੁੱਸੇ ਹੁੰਦੇ ਆ ਵੀ ਉਹਦੇ ਲਾਗੇ ਨੀ ਬਹਿਣਾ। ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਚੜਿਆ, ਮੈਂ ਫਿਰ ਸਿੱਧਾ ਆਪ ਹੀ ਗੱਲ ਕਰਨ ਆਈ ਬੀਜੀ ਦੇ ਨਾਲ ਵੀ ਹਾਂ ਬੀਜੀ ਦੱਸੋ ਕੀ ਗੱਲ ਹੋਈ ਆ। ਮੈਂ ਤੇ ਇਹ ਗੱਲ ਦਵਿੰਦਰ ਨੂੰ ਪਹਿਲਾਂ ਹੀ ਕਹਿ ਚੁੱਕੀ ਆ ਵੀ ਦਵਿੰਦਰ ਤੂੰ ਏਦਾਂ ਨਹੀਂ ਕਹਿਣਾ, ਅਗਲੇ ਨੂੰ ਸੁਣ ਕੇ ਗੁੱਸਾ ਲੱਗਦਾ ਵਾ। ਉਹ ਗੱਲ ਤੇ ਕੋਮ ਨਹੀਂ ਹੋਈ, ਬੀਜੀ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ, ਇਹਨਾਂ ਨੂੰ ਥੋੜਾ ਜਿਹਾ ਗੁੱਸਾ ਇਹ ਲੱਗਾ ਸੀ ਵੀ ਮੈਂ ਇੱਥੇ ਬੈਠੀ ਆ, ਮੇਰੇ ਕੋਲ ਨਹੀਂ ਬੈਠੇ, ਅੰਦਰ ਲੰਘ ਗਈ ਆ, ਬਾਕੀ ਤੁਹਾਡਾ ਆਪਣਾ ਘਰ ਵਾ, ਆਉਣਾ ਕਿਉਂ ਨਹੀਂ ਆ, ਆਉਂਦੇ ਜਾਂਦੇ ਚੰਗੇ ਲੱਗਦੇ, ਇੱਥੇ ਨਹੀਂ ਆਉਣਾ ਤੇ ਲੋਕਾਂ ਦੇ ਘਰ ਜਾ। ਉਹ ਦੀਦੀ ਜੇ ਮੈਂ ਕਹਿ ਆਈ ਆ ਕੋਈ ਮਾੜੀ ਗੱਲ ਨਹੀਂ ਕਰ ਆਈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ, ਕੱਲ ਨੂੰ ਫੇਰ ਪਰਮਜੀਤ ਦੀਦੀ ਆ ਜਾਂਦੇ ਤੇ ਇਹਨਾਂ ਫੇਰ ਮੇਰੇ ਦੁਆਲੇ ਹੋ ਜਾਣਾ ਸੀ, ਬਹਿਣਾ ਤੇ ਉਹਨੇ ਮੇਰੇ ਲਾਗੇ ਆਣ ਕੇ ਹੀ ਨਾ ਤੁਹਾਡੇ ਨਾਲ ਅੱਗੇ ਨਾ ਪੈਂਦੀ ਤੇ ਇਹਨਾਂ ਫੇਰ ਟੈਸ਼ਨ ਚੁੱਕ ਦੇਣਾ ਸੀ, ਟੈਸ਼ਨ ਮੈਂ ਨਹੀਂ ਚੁੱਕਦੀ, ਟੈਸ਼ਨ ਇਹ ਚੁੱਕਦੇ ਆ। ਗੱਲ ਸੁਣ, ਟੈਸ਼ਨ ਮੈਂ ਚੁੱਕਦੀ ਆ, ਤੂੰ ਚੰਗੀ ਮੈਨੂੰ ਤਾਂ ਲੱਗੇ ਜੇ ਉਹਨੂੰ ਪਕਾ ਕੇ ਖਵਾ ਲੇ, ਕਦੀ ਚਾਹ ਬੜੀ ਪੁੱਛਿਆ, ਤੂੰ ਕੰਮ ਨਹੀਂ ਕਰਦੀ, ਤੂੰ ਆੜ ਪੂਰਾ ਕਰਦੀ ਆ, ਕਦੀ ਆਖਿਆ ਬੀਜੀ ਤੈਨੂੰ ਚਾਹ ਦਾ ਕੰਮ ਬਣਾ ਦਿਆਂ। ਉਹ ਬੀਜੀ ਕਿਹੜੀਆਂ ਗੱਲਾਂ ਨੂੰ ਲੈ ਕੇ ਬਹਿ ਗਏ ਹੋ, ਵੇਖ ਦਵਿੰਦਰ ਮੈਨੂੰ ਤਾਂ ਉਹ ਚੰਗਾ ਲੱਗਣਾ ਜਿੰਨਾ ਮੈਨੂੰ ਖਵਾ ਲੈਣਾ, ਬਸ ਸਾਰੇ ਇੱਕੋ ਜਿਹੇ ਹੁੰਦੇ ਆ। ਵੀ ਇਹ ਗੱਲ ਤੇ ਇੱਥੋਂ ਹੀ ਨਾ ਵੀ ਇਹ ਆਏ ਬੀਜੀ ਦੇ ਲਾਗੇ ਨੀ ਬੈਠੇ ਤੇ ਇਹਨਾਂ ਨੂੰ ਗੁੱਸਾ ਲੱਗਾ, ਦੁਬਾਰਾ ਤੇਰੇ ਕੋਲ ਆਉਂਦੇ ਤੇ ਤੂੰ ਕਹਿੰਦੇ ਦੀਦੀ ਆਜਾ, 100 ਬਹਾਨਾ ਲਾ ਜੀਦਾ ਵੀ ਬਾਹਰ ਬੈਨੇ, ਬੀਜੀ ਵੀ ਬੈਠੇ, 100 ਗੱਲਾਂ ਬਾਤਾਂ ਹੁੰਦੀਆਂ ਤੇ ਕੋਈ ਗੱਲ ਵੀ ਨਹੀਂ ਹੋਣੀ। ਉਹ ਟੀਵੀ ਲੱਗਾ ਸੀ, ਫਿਲਮ ਆਉਣ ਡਈ, ਨਾਲੇ ਗੱਲਾਂ ਕਰਦੀਆਂ ਰਹੀਆਂ, ਨਾਲੇ ਟੀਵੀ ਵੇਖਦੀਆਂ ਰਹੀਆਂ, ਸਾਡਾ ਟਾਈਮ ਪਾਸ ਹੋ ਗਿਆ, ਨਾ ਕੋਈ ਮਾੜੀ ਨਾ ਕੋਈ ਚੰਗੀ। ਇਹ ਤੁਹਾਡਾ ਆਪਣਾ ਹੀ ਘਰ ਵਾ ਤੇ ਨਾਲੇ ਆਪਾਂ ਕਿੰਨੀਆਂ ਕੁ ਜਾਣੀਆਂ, ਰਲ ਮਿਲ ਕੇ ਰਿਹਾ ਕਰੋ, ਦੋ ਭਾਂਡੇ ਹੋਏ ਤੇ ਖੜਕ ਵੀ ਪਏ, ਨਾਲੇ ਥੋੜੇ ਬਹੁਤੇ ਖੜਕਦੇ ਰਹਿਣ ਤੇ ਚੰਗਾ ਵਾ, ਰੌਣਕ ਮੇਲਾ ਜਿਹਾ ਲੱਗਾ ਰਹਿੰਦਾ ਵਾ। ਬਹਿ ਜਾਓ, ਮੈਂ ਚਾਹ ਬਣਾਵਾ। ਨਹੀਂ ਚਾਹ ਨਹੀਂ ਪੀਣੀ ਪ੍ਰੀਤ, ਮੈਂ ਬਹਿ ਜਾਓ। ਨਹੀਂ ਚਾਹ ਨਹੀਂ ਪ੍ਰੀਤ, ਅੱਜ ਗੁੱਸੇ ਨਾਲ ਨਹੀਂ ਪੀਣੀ ਤੁਸੀਂ। ਗੁੱਸਾ ਤੇ ਮੈਨੂੰ ਇਸ ਗੱਲ ਦਾ ਵੀ ਇਹ ਪ੍ਰੀਤ ਜਦੋਂ ਦੀ ਇਸ ਘਰ ਚ ਮੈਂ ਆਈ ਆ, ਮੈਂ ਉਦੋਂ ਦੀ ਸੁਣਦੀ ਆਉਣ ਡਈ ਆ। ਗਾੜੀ ਹੁਣ ਦਵਿੰਦਰ ਨਾਲ ਵੀ ਇਹੋ ਹਾਲ ਵੀ ਉਹਨੇ ਪਾਲੇ ਉਹਨੇ ਪਾਲੇ, ਜੇ ਹੁਣ ਤੇਰਾ ਕੋਈ ਬੱਚਾ ਹੈ ਨਹੀਂ ਆ ਤੇ ਇਹਦੇ ਚ ਮੇਰਾ ਕੀ ਕਸੂਰ ਵਾ ਜਾਂ ਦਵਿੰਦਰ ਦਾ ਕੀ ਕਸੂਰ ਵਾ? ਤੈਨੂੰ ਤੇ ਰੱਬ ਨੇ ਦਿੱਤਾ ਨੀ ਤੇ ਨਾ ਰੱਬ ਨੇ ਦੇਣਾ ਹੀ ਆ, ਤੂੰ ਫਿਰ ਬਗਾਨੇ ਹੀ ਪਾਲਣੇ ਸੀ। ਇਹੋ ਤੇ ਮੈਂ ਕਹਿੰਨੀ ਆ, ਇਹੋ ਕੰਨ ਮੇਰੇ ਪੱਕ ਗਏ ਸੁਣ ਸੁਣ ਕੇ, ਇਹਨੇ ਪਾਲੇ ਇਹਨੇ ਪਾਲੇ, ਜੇ ਤੈਨੂੰ ਰੱਬ ਨੇ ਦਿੱਤਾ ਨੀ ਸੀ ਤੇ ਤੂੰ ਇਹੀ ਪਾਲਣੇ ਸੀ ਤੇ ਨਾ ਰੱਬ ਨੇ ਤੈਨੂੰ ਖਰੇ ਦੇਣਾ ਹੀ ਆ, ਜੇ ਤੈਨੂੰ ਦਿੱਤਾ ਹੁੰਦਾ ਤੇ ਤੂੰ ਆਪਣੇ ਪਾਲਦੀ। ਆ ਗੱਲ ਤੁਸੀਂ ਗਲਤ ਕੀਤੀ, ਮੇਰਾ ਦਿਲ ਰੂਹ ਕੇ ਲਾਤਾ, ਜਾ ਪਰਮਜੀਤ ਚਲੇ ਜਾ ਆਪਣੇ ਘਰ ਨੂੰ। ਚੱਲੀ ਆ, ਮੈਂ ਤੇ ਬਹਿ ਨਹੀਂ ਰਹਿਣਾ, ਆ ਜੋੜੇ ਤੁਹਾਡੇ ਗੱਲ ਹੱਥ, ਰੱਬ ਦੇ ਮਾਂ ਮਾਰੇ ਰੱਬ ਨੇ ਦੇਣਾ।
परमजीत बड़ी गुस्से जान दी की गल हुई गल्लां की होनियां वा दिंदर नूं चुकदी आण के गल्लां लग्गिया ते घर च वाधू हुंदियां ते ओह आण के दोधे तेल पाउंदी आण लगे इक पत बड़े इहनां दे घर दे विच आ जिहड़ी जुमली की जई ना इह नहीं पता लगन दिंदी सानूं इह टप टप उहदे नाल गल्लां मारदी आ कौन दविंदर हां ओ हां फिर फिर की इक पत पाउंदी आ दे घर च वड्डी दियां चुगलियां करदी आ ਇਹਦਾ ਬੜਾ ਕੁ ਹੋਇਆ ਅੱਗੇ ਇਹ ਗੱਲਾਂ ਨਹੀਂ ਮੈਂ ਘਰ ਦੇ ਵਿੱਚ ਹੋਣ ਦੇਣੀਆਂ ਆਉਂਦੀ ਆ ਤੇ ਪੂ ਪੂ ਕਰਦੀ ਦਿਲਦਰ ਦੇ ਕੋਲ ਚੱਲ ਜਾਂਦੀ ਆ ਤੇ ਵੱਡੀ ਦੀਆਂ ਚੁਗਲੀਆਂ ਕਰਦੀਆਂ ਰਹਿੰਦੀਆਂ ਤੈਨੂੰ ਹੁਣ ਕੀ ਦੱਸਾਂ ਇਹੋ ਜਿਹੇ ਮਿਹਣੇ ਦੇ ਕੇ ਗਈਆਂ ਮੇਰਾ ਦਿਲ ਲੂ ਗਈਆਂ ਵਾ ਵੱਡੀ ਨੂੰ ਕਹਿੰਦੀ ਰੱਬ ਨੇ ਤੈਨੂੰ ਉਲਾਦ ਨਹੀਂ ਦੇਣੀ ਮੈਂ ਤੇ ਰੋ ਰੋ ਕਮਲੀ ਹੋ ਗਈ ਇਹਦਾ ਮੈਨੂੰ ਇੰਨਾ ਦੁਖੀ ਕੀਤਾ ਇਸੇ ਗੱਲੋਂ ਮੈਂ ਇਹਨੂੰ ਅੱਡ ਕੀਤਾ ਸੀ ਉਹ ਗੱਲਾਂ ਚਾਹੁੰਦੀ ਵੀ ਉਹਨੂੰ ਮੈਂ ਅੱਡ ਕਰਾਵਾਂ ਚੁਗਲੀਆਂ ਕਰ ਕਰਕੇ ਉਹ ਬੀਜੀ ਤੂੰ ਚਿੰਤਾ ਨਾ ਕਰਿਆ ਕਰ ਉਹ ਦੇਣ ਵਾਲਾ ਸਭ ਨੂੰ ਰੱਬ ਵਾ ਕਿਸੇ ਦੇ ਕਹਿਣ ਨਾਲ ਕੁਛ ਨਹੀਂ ਹੋਣਾ ਤੂੰ ਨਾ ਗੁੱਸਾ ਕਰਿਆ ਕਰ ਕੋਈ ਗੱਲ ਨਹੀਂ ਕਾਵਾਂ ਦੇ ਬੋਲਿਆ ਕੋਈ ਢੋਲ ਨਹੀਂ ਪਾੜ ਜਾਂਦੇ ਹੁੰਦੇ ਕਿੱਥੇ ਆ ਪ੍ਰੀਤੀ ਕਿੱਥੇ ਆ ਅੰਦਰ ਹੀ ਉਹ ਅੰਦਰ ਵੜ ਗਈ ਰੋਂਦੀ ਰੋਂਦੀ ਰੋਣਾ ਕਿਹੜੀ ਗੱਲੋਂ ਆ ਉਹ ਕੀ ਗੱਲ ਹੋ ਗਈ ਆ ਹੈਂ ਕੁਛ ਨਹੀਂ ਕੀ ਦੱਸ ਤੇ ਦਿੱਤਾ ਮੈਨੂੰ ਮਾਤਾ ਨੇ ਸਭ ਕੁਛ ਪਰ ਇਹਨਾਂ ਲੋਕਾਂ ਦੀਆਂ ਗੱਲਾਂ 'ਤੇ ਤੂੰ ਕਿਉਂ ਇੱਦਾਂ ਰਿਐਕਸ਼ਨ ਕਰਦੀ ਆ ਉਹ ਸਾਡੇ ਪੋਤੀ ਆਏ ਸਾਡੇ ਮੁੰਡੇ ਹੀ ਆ ਸਾਡੇ ਭਰਾ ਛੋਟੇ ਮੈਂ ਤਾਂ ਕਦੀ ਸਮਝਿਆ ਹੀ ਨਹੀਂ ਵੀ ਮੇਰੀਆਂ ਦਰਾਣੀਆਂ ਜਠਾਣੀਆਂ ਵਾ ਦਵਿੰਦਰ ਨੂੰ ਮੈਂ ਆਪਣੇ ਪਿਆਰ ਨਾਲ ਭੈਣਾਂ ਵਾਂਗੂ ਰੱਖਦੀ ਹਾਂ ਕਿੰਨਾ ਕਰੀਦਾ ਵਾ ਐਡੀ ਵੱਡੀ ਗੱਲ ਮੂੰਹ 'ਚੋਂ ਕੱਢਣ ਲੱਗਿਆ ਇੱਕ ਮਿੰਟ ਨਹੀਂ ਸੋਚਿਆ ਵੀ ਅਗਲੇ ਦਾ ਕਿੰਨਾ ਮਨ ਦੁਖਦਾ ਵਾ ਹੁਣ ਇਹ 'ਚ ਮੇਰੇ ਕਿਹੜੇ ਕੋਈ ਵੱਸ ਦੀ ਗੱਲ ਆ ਉਹ ਤੂੰ ਟੈਨਸ਼ਨ ਕਿਉਂ ਕਰਦੀ ਆ ਇਹ ਦੇਣਾ ਦੋਣਾ ਸਭ ਉੱਪਰ ਵਾਲੇ ਦੇ ਹੱਥ ਵਿੱਚ ਵਾ ਠੀਕ ਆ ਕੋਈ ਗੱਲ ਨਹੀਂ ਸਾਡੇ ਪੋਤੀ ਆ ਅਸੀਂ ਇਹਨਾਂ ਨੂੰ ਵੇਖ ਵੇਖ ਕੇ ਜੀਨੇ ਆ ਅਸੀਂ ਥੋੜ੍ਹਾ ਨਿੱਘੇ ਨਿੱਘਾ ਤੂੰ ਪਾਲਿਆ ਵਾ ਹੋਰ ਤੈਨੂੰ ਕੀ ਚਾਹੀਦਾ ਵਾ ਬੱਚਿਆਂ ਵਾਂਗੂ ਤਾਂ ਪਾਲਿਆ ਤੂੰ ਇਹਨਾਂ ਨੂੰ ਪਰ ਮੇਰੇ ਕੋਲ ਇੱਦਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਜਿੰਨਾ ਮਰਜ਼ੀ ਅਸੀਂ ਕਹਿੰਦੇ ਸਾਡੇ ਬੱਚੇ ਆ ਪਰ ਮੈਂ ਇਹ ਚੀਜ਼ ਤੋਂ ਬਹੁਤ ਵਾਂਝੀ ਰਹਿ ਗਈ ਜਦੋਂ ਕਿ ਇੱਦਾਂ ਮੀਨੇ ਮਾਰਦਾ ਨਾ ਤਾਂ ਮੈਨੂੰ ਬਹੁਤ ਮਹਿਸੂਸ ਹੁੰਦਾ ਉਹ ਹਾਂ ਗੱਲ ਜਿਹੜੀ ਆ ਨਾ ਜਦੋਂ ਇੱਦਾਂ ਕਰੇਗੀ ਤਾਂ ਫਿਰ ਮੇਰਾ ਕੀ ਕਹੂ ਠੀਕ ਆਪਣੇ ਘਰ ਤੇ ਇਦਾਂ ਕਹਿਣ ਲੱਗ ਕੋਈ ਗੱਲ ਨਹੀਂ ਕੋਈ ਬਸ ਬਸ ਤੇ ਲੋਕ ਕੀ ਕਹਿਣਗੇ ਕਹਿੰਦੇ ਕਹਿੰਦੇ ਰਹਿੰਦੇ ਕਹਿਣ ਕਾਂ ਉਹ ਮੈਂ ਅੱਗੇ ਕਹਿ ਮਾਤਾ ਨੂੰ ਦੱਸਣਾ ਵੀ ਕਾਂਵਾਂ ਦੇ ਬੋਲਿਆਂ ਢੋਲ ਥੋੜੀ ਪਾੜ ਜਾਂਦੇ ਆ ਚੱਲ ਚੁੱਪ ਚੁੱਪ ਕੋਈ ਗੱਲ ਨਹੀਂ ਜਾ ਤੂੰ ਪਾਣੀ ਲਿਆ ਘੁੱਟ ਮੈਂ ਪੀਵਾਂ ਜਨਾਨੀਆਂ ਵੀ ਨਾ ਮੂੰਹ ਪਾੜ ਗੱਲ ਕਰ ਦਿੰਦੀਆਂ ਇਹ ਨਹੀਂ ਵੇਖਦੀਆਂ ਵੀ ਅਗਲੇ ਦਾ ਕਿੰਨਾ ਦਿਲ ਦੁਖੂਗਾ ਰੱਬ ਦੇ ਮਾਰੇ ਤਾਂ ਅਸੀਂ ਪਹਿਲਾਂ ਹੀ ਹਾਂ ਇਹਨਾਂ ਭਰਾਵਾਂ ਵੱਲ ਵੇਖ ਵੇਖ ਕੇ ਜੀਣ ਦੇ ਨਾ ਉਹਨਾਂ ਨੂੰ ਵੀ ਸਾਡੇ ਨਾਲ ਅਲੱਗ ਕਰ ਦੇਣਾ ਚੱਲ ਠੀਕ ਆ ਤੂੰ ਹੁਣ ਟੈਨਸ਼ਨ ਨਹੀਂ ਲੈਣੀ ਠੀਕ ਆ ਇਹਨਾਂ ਨਾਲ ਗੱਲ ਕਰਦਾ ਭਰਾਵਾਂ ਨਾਲ ਛੋਟਿਆਂ ਨਾਲ ਵੀ ਜਿਹੜੇ ਇਹਨਾਂ ਚੜ੍ਹਾਈਆਂ ਜਨਾਨੀਆਂ ਸਿਰ 'ਤੇ ਇਹਨਾਂ ਥੋੜ੍ਹਾ ਲਾਉਣ ਇਹਨਾਂ ਨੂੰ ਕਿੱਦਾਂ ਸੁੱਤਾ ਜੋਬਨ ਹਾਂਜੀ ਉਹ ਅੱਖ ਜੀ ਲੱਗ ਗਈ ਪੈ ਪੈ ਦੀ ਤੇਰੀ ਅੱਖ ਲੱਗ ਗਈ ਆ ਤੈਨੂੰ ਕੋਈ ਪਤਾ ਨਹੀਂ ਘਰ ਵਿੱਚ ਕੀ ਹੋਣ ਡਿਆ ਇੱਥੇ ਕੀ ਹੋਣ ਡਿਆ ਵੇ ਜੋਬਨ ਤੈਨੂੰ ਗੱਲ ਦੱਸਾਂ ਮੈਂ ਇੱਕ ਅਸੀਂ ਤੁਹਾਨੂੰ ਪੁੱਤਾਂ ਵਾਂਗੂ ਸਮਝਦੇ ਹਾਂ ਪਰ ਇਹ ਜਿਹੜੀਆਂ ਸਾਡੇ ਜਨਾਨੀਆਂ ਵਾ ਨਾ ਇਹ ਨਾ ਸਾਨੂੰ ਇੱਕ ਨਹੀਂ ਰਹਿਣ ਦੇਣਾ ਲੱਗਦਾ ਪਹਿਲੀ ਤਾਂ ਗੱਲ ਆ ਦਵਿੰਦਰ ਹੁਣ ਕੱਲ੍ਹ ਦੀ ਵਿਆਹੀ ਆਈ ਆ ਉਹ ਕਹਿੰਦੇ ਹੁੰਦੇ ਆ ਨਾ ਨਵੀਂ ਬਹੂ ਛੋਟਾ ਬਾਲ ਜਿੱਦਾਂ ਖਜਾ ਲਓ ਉਸੇ ਚਾਲ ਇਹਨੂੰ ਕੋਈ ਦੱਸ ਅੱਜ ਭਾਬੀ ਤੇਰੀ ਨੂੰ ਬੜਾ ਤਗੜਾ ਵਰਡ ਬੋਲਤਾ ਇਹਨੇ ਵੀ ਤੇਰੇ ਬਹਾਉਣਾ ਕੁਛ ਨਹੀਂ ਬੱਚਾ ਨਹੀਂ ਹੋਣਾ ਤੂੰ ਇੱਦਾਂ ਹੀ ਰਹਿਣਾ ਵਾ ਇਹ ਉਹਦੇ ਪਿੱਛੇ ਲੱਗ ਕੇ ਪਰਮਜੀਤ ਦੇ ਯਾਰ ਜਨਾਨੀਆਂ ਤੁਸੀਂ ਇੱਦਾਂ ਸਿਰਾਂ 'ਤੇ ਚੜਾਓਗੇ ਤਾਂ ਕਿੱਦਾਂ ਚੱਲੂ ਘਰ ਦਾ ਕੰਮ ਕੋਈ ਨਹੀਂ ਵੀਰ ਜੀ ਮੈਂ ਕਰਦਾ ਗੱਲ
ਉਹਨੂੰ ਤੇ ਪਰਮਜੀਤ ਨੇ ਮੈਚ ਬਣ ਚੋਣ ਚ ਪਾਉਂਦਾ ਉਹ ਜਦੋਂ ਅੱਡ ਬਾਰੀ ਆ ਤਾਂ ਫਰਜ਼ ਨਹੀਂ ਬਣਦਾ ਸਾਡੇ ਘਰੇ ਆ ਕੇ ਆਉਣ ਦਾ ਉਹਨੂੰ ਫਰਜ਼ ਕੀ ਆ ਉਹਨੂੰ ਬਾਹਰ ਵਾਲੇ ਨੂੰ ਵੀ ਫੋਨ ਕਰ ਮੈਂ ਵੀ ਕਰਦਾ ਵਾਂ ਇਹਨੂੰ ਦਵਿੰਦਰ ਨੂੰ ਕਿੱਥੇ ਦਾ ਖਬਰਦਾਰ ਜੇ ਨੂੰ ਬੁਲਾਇਆ ਤੇ ਜੇ ਸਾਡੇ ਘਰ ਦਵਿੰਦਰ ਦਾ ਵੀ ਥੋੜਾ ਇਲਾਜ ਕਰ ਇਹਨੂੰ ਸਮਝਾ ਚੰਗੀ ਤਰ੍ਹਾਂ ਨਹੀਂ ਮੈਂ ਚਵਾਉਂਦਾ ਉਹਨੂੰ ਚਲੇ ਸਾਡੇ ਘਰ ਦਾ ਸੂਲ ਕੀ ਆ ਸੀ ਕਿੱਦਾਂ ਰਹਿੰਦੇ ਆ ਕਿੱਦਾਂ ਰਹਿਣਾ ਚਾਹੀਦਾ ਦੱਸ ਸਾਰਾ ਕੁਝ ਮੈਂ ਇਹਨੂੰ ਸਮਝਾਇਆ ਸੀ ਮੈਂ ਵੀ ਮੰਨ ਜਾ ਨਾ ਜਾਇਆ ਕਰ ਉਧਰ ਤੇ ਉਹ ਆਵੇ ਇੱਧਰ ਉਹਨੂੰ ਜਵਾਬ ਦੇ ਦੇ ਉਧਰ ਉਹ ਬੈਠੀ ਭਾਬੀ ਤੇਰੀ ਰੋਣ ਦੀ ਆ ਉਧਰ ਮਾਤਾ ਰੋਣ ਦੀ ਬਾਹਰ ਏਦਾਂ ਦੇ ਵਰਡ ਬੋਲ ਕੇ ਨਹੀਂ ਇਹਨੂੰ ਸਵਾਰ ਕੇ ਪੁੱਛਦਾ ਦਵਿੰਦਰ ਨੂੰ ਇਹਨੇ ਏਦਾਂ ਸੂਤਰ ਆਉਣਾ ਮੈਂ ਤਾਂ ਇਹਨਾਂ ਕੀ ਕਹਿਣਾ ਪ੍ਰੇਮ ਨਾਲ ਹੀ ਮੰਨ ਜੂਗੀ ਮੈਂ ਪੁੱਛਦਾ ਹੁਣੇ ਚੱਲ ਹੁਣ ਹੱਥ ਉੱਥੇ ਨਾ ਚੁੱਕੀ ਉੱਦਾਂ ਪਿਆਰ ਨਾਲ ਸਮਝਾਵੀ ਠੀਕ ਆ